ਇਹ ਇੱਕ ਐਸਾ ਸਮਾਂ ਜਦੋਂ ਸਾਰਾ ਕੁਛ ਟੁੱਟ ਖਿੰਡ ਰਿਹਾ। ਪਿੱਛੇ ਦਿੱਲੀ ਤਖ਼ਤ ਦੇ ਸਾਰੇ ਵੱਡੇ ਵੱਡੇ ਦਿਮਾਗ ਲੱਗੇ ਹੋਏ ਵੀ ਸਾਰੇ ਕਾਸੇ ਸਿੱਖਾਂ ਨੂੰ ਕਿੱਦਾਂ ਅਸੀਂ ਹੋਰ ਉਲਝਣ 'ਚ, ਹੋਰ ਪੰਬਲ ਭੂਸੇ 'ਚ, ਹੋਰ ਪਾਟੋ ਧਾੜ 'ਚ ਪਾਉਣਾ। ਪਰ ਮਹਾਰਾਜ ਜੀ ਐਸੀ ਕਲਾ ਵਰਤ ਰਹੀ ਆ ਵੀ ਉਹਨਾਂ ਦੇ ਸਾਰਾ ਜ਼ੋਰ ਲਾਇਆ ਵੀ ਕੋਈ ਗੱਲ ਉਹਨਾਂ ਤੋਂ ਬਣ ਨਹੀਂ ਰਹੀ। ਕਿੰਨੇ ਸਾਲਾਂ ਤੋਂ ਉਹ ਲੱਗੇ ਹੋਏ ਆ ਕਿ ਅਸੀਂ ਆਪਣੀ ਮਰਜ਼ੀ ਦੇ ਕੋਈ ਬਾਉਣੇ ਜਾਂ ਲੀਡਰ ਸਾਡੇ ਸਿਰ ਦੇ ਉੱਤੇ ਥੋਪ ਦੇਈਏ, ਉਹ ਕਿਸੇ ਨੂੰ ਨਵੇਂ ਨੂੰ ਪੁਰਾਣਾ, ਪੁਰਾਣੇ ਨੂੰ ਨਵਾਂ ਕਰਦੇ, ਬੜਾ ਕੁਛ ਕਰਦੇ, ਪਰ ਗੱਲ ਕੋਈ ਬਣੀ ਨਹੀਂ। ਉਹ ਇਸ ਕਰਕੇ ਨਹੀਂ ਬਣਨੀ ਹੈ ਕਿ ਮਹਾਰਾਜ ਹੁਣੇ ਚਾਹ ਹੀ ਇਸ ਤਰ੍ਹਾਂ ਰਿਹਾ, ਇਹ ਖਿੰਡਣਾ ਹੀ ਜਾਣਾ, ਹੋਰ ਖਿੰਡਦੇ ਜਾਣਾ। ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤਥਾ ਅੱਠ ਪੋਹ ਤੋਂ ਲੈ ਕੇ ਜਾਂ ਛੇ ਪੋਹ ਤੋਂ, ਮੰਨੋ ਛੇ ਪੋਹ ਤੋਂ ਲੈ ਕੇ 13 ਪੋਹ ਤੱਕ ਜਿੰਨੇ ਵੀ ਦਸਵੇਂ ਪਾਤਸ਼ਾਹ ਦੇ ਨਾਦੀ ਬਿੰਦੀ ਪੁੱਤਰ ਧੀਆਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਸਮਰਪਿਤ ਗੁਣ ਗਾਇਨ ਪਾਤਸ਼ਾਹ ਦੇ ਤਥਾ ਸ਼ਹੀਦਾਂ ਦੇ ਗੁਣ ਗਾਇਨ ਕਰਨ ਦੇ ਲਈ ਇੱਥੇ ਇਕੱਤਰ ਹੋਏ ਹਾਂ। ਮੇਰੇ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਭਾਈ ਜਗਤਾਰ ਸਿੰਘ ਜੀ ਹੁਣਾਂ ਨੇ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾਈ ਹੈ। ਉਹਨਾਂ ਨੇ ਪਹਿਲਾ ਸ਼ਬਦ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਦੇ ਸੰਬੰਧ ਦੇ ਵਿੱਚ ਗਾਇਨ ਕੀਤਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਕੁਛ ਦਿਨ ਹੀ ਹੋਏ ਲੰਘਿਆ ਹੈ। ਪੂਰੀ ਦੁਨੀਆ ਦੇ ਵਿੱਚ ਸੰਗਤ ਇਹ ਪੁਰਬ ਮਨਾਉਂਦੀ, ਔਰ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਔਰ ਇਹ ਸ਼ਹੀਦੀ ਦਿਹਾੜੇ ਸਾਹਿਬਜ਼ਾਦਿਆਂ ਦੇ ਅਤੇ ਗੁਰਸਿੱਖਾਂ ਦੇ, ਇਹ ਦੋ ਐਸੇ ਗੁਰੂ ਘਰ ਦੇ ਤਿਉਹਾਰ ਨੇ ਜਿਹੜੇ ਬਹੁਤ ਲੰਬਾ ਸਮਾਂ ਸੰਗਤਾਂ ਦੇ ਵਿੱਚ ਮਨਾਏ ਜਾਂਦੇ। 15-15 ਦਿਨ ਸਮਾਗਮ ਚੱਲਦੇ ਰਹਿੰਦੇ ਇਹਨਾਂ ਦੋਨੇ ਗੁਰਮਤਿ ਕਾਰਜਾਂ ਦੇ ਸੰਬੰਧ 'ਚ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਾਰੇ ਜਿਹੜਾ ਸ਼ਬਦ ਉਹਨਾਂ ਨੇ ਗਾਇਨ ਕੀਤਾ, ਉਹ ਭਾਈ ਗੁਰਦਾਸ ਜੀ ਦੀ ਵਾਰ ਸੀਗੀ 24ਵੀਂ, ਉਹਦੀ ਚੌਥੀ ਪੌੜੀ ਗਾਇਨ ਕੀਤੀ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਗੁਰਦਾਸ ਜੀ ਜਗਤ ਪੀਰ, ਜਾਹਰ ਪੀਰ, ਜਗਤ ਗੁਰੂ ਬਾਬਾ ਦੇ ਨਾਂ ਦੇ ਨਾਲ ਸੰਬੋਧਿਤ ਕਰਦੇ। ਕਈ ਵਾਰ ਜਿਹੜੇ ਆਮ ਲੋਕ ਗੁਰਮਤਿ ਦੇ ਬਹੁਤੇ ਗਿਆਤਾ ਨਹੀਂ ਹੁੰਦੇ, ਉਹਨਾਂ ਨੂੰ ਇਹ ਗੱਲ ਫਰਕ ਕਰਨੀ ਨਹੀਂ ਆਉਂਦੀ ਹੈ ਕਿ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਪੂਰੇ ਜਗਤ ਦੇ ਗੁਰੂ ਨੇ, ਜਿਨ੍ਹਾਂ ਨੇ ਪੂਰੇ ਇਸ ਕੱਲ੍ਹ ਨੂੰ ਤਾਰਿਆ, ਜਿਨ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਛੋਹ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਇੱਕ ਅਖੁੱਟ ਅਮੁੱਕ ਚੱਲਣ ਵਾਲਾ ਇੱਕ ਸ਼ਬਦ ਦਾ ਲੰਗਰ ਹੈ, ਉਸ ਸ਼ਬਦ ਤੋਂ ਗਿਆਨ ਪ੍ਰਾਪਤ ਕਰਕੇ ਪਿਛਲੀਆਂ 5 ਸਦੀਆਂ ਦੇ ਵਿੱਚ ਕਰੋੜਾਂ ਹੀ ਲੋਕਾਂ ਨੇ ਆਪਣੇ ਆਪ ਨੂੰ ਸੋਧਿਆ ਅਤੇ ਸਾਧਿਆ, ਅਤੇ ਉਸੇ ਹੀ ਗੁਰੂ ਘਰ ਦੇ ਵਿੱਚ ਇਹ ਸ਼ਹਾਦਤਾਂ ਨੇ, ਇਹਨਾਂ ਦਾ ਦੌਰ ਕਿਵੇਂ ਹੈ? ਇਹ ਇੱਕ ਆਪਣੇ ਆਪ ਦੇ ਵਿੱਚ ਕੰਟਰਾਸਟ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਗੁਰਮਤਿ ਗਾੜੀ ਰਾਹ ਤੋਰਿਆ, ਉਹਨਾਂ ਨੂੰ ਸਾਰੇ
ਜਗਤ ਦਾ ਗੁਰੂ ਕਿਹਾ ਜਾਂਦਾ, ਉਹਨਾਂ ਤੋਂ ਸਾਰੇ ਰੌਸ਼ਨੀ ਲੈਂਦੇ ਨੇ ਅਤੇ ਉਸੇ ਹੀ ਗੁਰਮਤਿ ਗਾੜੀ ਰਾਹ ਦੇ ਉੱਤੇ ਚੱਲਦੇ ਹਾਂ। ਛੋਟੇ ਛੋਟੇ ਸਾਹਿਬਜ਼ਾਦੇ ਜਿਹੜੇ ਉਮਰ ਕਰਕੇ ਛੋਟੇ ਨੇ, 7 ਅਤੇ 9 ਸਾਲ ਦੇ, ਉਹਨਾਂ ਦੀਆਂ ਸ਼ਹਾਦਤਾਂ ਵੀ ਹੁੰਦੀਆਂ ਨੇ, ਉਹ ਕਿਉਂ ਹੁੰਦੀਆਂ ਨੇ? ਸੋ ਇਹਦੇ ਸੰਬੰਧੀ ਮੈਂ ਆਪ ਜੀ ਦੇ ਨਾਲ ਕੁਛ ਵਿਚਾਰ ਸਾਂਝੇ ਕਰਨਾ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਗੁਰਮਤਿ ਗਾੜੀ ਰਾਹ ਤੋਰਿਆ, ਉਹਨਾਂ ਨੇ ਇਸ ਲੁਕਾਈ ਨੂੰ ਸੋਧਣ ਦੇ ਪ੍ਰਥਾਏ ਇਹ ਕਾਰਜ ਸ਼ੁਰੂ ਕੀਤਾ। ਅਤੇ ਸੋਧਣ ਦਾ ਜਿਹੜਾ ਕਾਰਜ ਹੈ ਉਹ ਪਹਿਲਾਂ ਸ਼ਬਦ ਦੇ ਨਾਲ, ਗਿਆਨ ਦੇ ਨਾਲ ਹੁੰਦਾ। ਅਤੇ ਪਾਤਸ਼ਾਹ ਦੇ ਸ਼ਬਦ ਤੋਂ, ਗਿਆਨ ਤੋਂ ਸੇਧ ਲੈ ਕੇ ਬੜੀ ਲੁਕਾਈ ਨੇ ਆਪਣੇ ਆਪ ਨੂੰ ਸੋਧਿਆ ਅਤੇ ਅੱਜ ਵੀ ਸੋਧ ਰਹੀ। ਪਰ ਸਮੇਂ ਦੇ ਨਾਲ ਨਾਲ ਚੱਲਦਿਆਂ ਐਸਾ ਸਮਾਂ ਆਇਆ ਕਿ ਉਸੇ ਹੀ ਗੁਰੂ ਘਰ ਤੋਂ, ਜਿੱਥੋਂ ਰੌਸ਼ਨੀ ਲੈ ਕੇ ਇੱਥੇ ਚਾਰ ਹੀ ਵਰਨਾਂ ਦੇ ਲੋਕ, ਸਾਰੇ ਧਰਮਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਸੋਧਿਆ, ਅਤੇ ਉਸੇ ਗੁਰੂ ਘਰ ਦੇ ਖਿਲਾਫ ਉਹਨਾਂ ਹੀ ਵਰਨਾਂ ਦੇ ਵਿੱਚੋਂ ਅਤੇ ਉਹਨਾਂ ਹੀ ਧਰਮਾਂ ਦੇ ਵਿੱਚੋਂ ਜਿਨ੍ਹਾਂ ਦੇ ਧਾਰਮਿਕ ਲੋਕਾਂ ਨੇ, ਸਾਧਕ ਲੋਕਾਂ ਨੇ ਆਪਣੇ ਆਪ ਨੂੰ ਸੋਧਿਆ, ਉਸੇ ਹੀ ਖਿੱਤੇ ਦੇ ਵਿੱਚ ਉਹਨਾਂ ਹੀ ਜਾਤਾਂ ਧਰਮਾਂ ਦੇ ਵਿੱਚੋਂ ਐਸਾ ਇੱਕ ਵਰਗ ਉੱਠਿਆ ਜਿਸਨੇ ਇਸ ਗੁਰੂ ਘਰ ਦੇ ਨਾਲ ਇਸ ਹੱਦ ਤੱਕ ਵੈਰ ਨਿਭਾਇਆ ਕਿ ਬੱਚਿਆਂ ਤੱਕ ਦੀਆਂ ਸ਼ਹਾਦਤਾਂ ਹੋਈਆਂ। ਇਹ ਇੱਕ ਸਧਾਰਨ ਸਥਿਤੀ ਜਾਂ ਸਧਾਰਨ ਸਵਾਲ ਨਹੀਂ ਹੈ, ਇਹ ਕਿਉਂ ਹੋਇਆ? ਹੁਣ ਜਿੱਥੋਂ ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਵਾਲ ਹੈ, ਉਹ ਸ਼ਹਾਦਤ ਕਰਵਾਉਣ ਦਾ ਜਿਹੜਾ ਫੈਸਲਾ ਹੈ, ਉਹ ਕਰਵਾਉਣ ਦੇ ਵਿੱਚ ਸਭ ਤੋਂ ਮੁੱਖ ਰੋਲ ਸੁੱਚਾਨੰਦ ਦਾ ਰਿਹਾ। ਸੁੱਚਾਨੰਦ ਕੋਈ ਗੈਰ ਨਹੀਂ, ਇੱਕ ਹਿੰਦੂ ਹੈ ਅਤੇ ਇਲਾਕੇ ਕਰਕੇ ਵੀ ਸਾਡੇ ਲਈ ਤਾਂ ਕੋਈ ਗੈਰ ਨਹੀਂ ਹੈ, ਔੜਦਾ ਸੀਗਾ ਉਹ, ਕੋਈ ਬਹੁਤੀ ਦੂਰ ਦਾ ਨਹੀਂ ਸੀਗਾ। ਅਤੇ ਉਹਦੇ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਹੋਈ। ਜਿਸ ਦਿਨ ਪਹਿਲੇ ਦਿਨ ਕਚਹਿਰੀ ਸਾਹਿਬਜ਼ਾਦੇ ਪੇਸ਼ ਕੀਤੇ ਅਤੇ ਜੋ ਉਹਨਾਂ ਦੇ ਖਿਲਾਫ ਉਸ ਵੇਲੇ ਦੇ ਹਿਸਾਬ ਦੇ ਨਾਲ ਕੇਸ ਹੋਇਆ, ਅਤੇ ਜਿਹੜਾ ਕਾਜ਼ੀ ਹੁੰਦਾ ਸੀਗਾ, ਕਿਉਂਕਿ ਉਸ ਵਕਤ ਸ਼ਰ੍ਹਾ ਚੱਲਦੀ ਸੀਗੀ, ਜਿਹੜੇ ਇਸਲਾਮਿਕ ਕਾਜ਼ੀ ਹੁੰਦੇ ਸੀਗੇ, ਜੱਜ ਹੁੰਦੇ ਸੀਗੇ, ਉਹ ਆਪਣੀ ਸ਼ਰ੍ਹਾ ਦੇ ਅਨੁਸਾਰ, ਜੋ ਇਹਨਾਂ ਦੀ ਇੱਕ ਇਸਲਾਮੀ ਕਿਤੇਬ ਹੈ ਉਹਦੇ ਅਨੁਸਾਰ ਉਹ ਨਿਆਂ ਕਰਦੇ ਸੀਗੇ। ਅਤੇ ਉਸ ਨੇ ਇਹ ਕਹਿ ਕੇ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਕਿ ਸ਼ਰ੍ਹਾ ਦੇ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ। ਪਹਿਲੇ ਦਿਨ ਇਸ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ ਸੀਗੀ। ਫਿਰ ਦੂਸਰੇ ਦਿਨ ਸੁੱਚਾਨੰਦ ਕਹਿਣ ਲੱਗਾ ਵਜ਼ੀਰ ਖਾਨ ਨੂੰ ਕਿ ਮੈਂ ਸਰਕਾਰੀ ਧਿਰ ਵੱਲੋਂ ਜ਼ਰਾ ਕਰਨਾ ਚਾਹੁੰਦਾ। ਅਤੇ ਦੁਬਾਰਾ ਦੂਸਰੇ ਦਿਨ ਸਾਹਿਬਜ਼ਾਦੇ ਜਦੋਂ ਛੋਟੇ ਲਿਆਂਦੇ ਗਏ ਅਤੇ ਉਹਨੇ ਪਹਿਲਾ ਸਵਾਲ ਪੁੱਛਿਆ ਕਿ ਤੁਸੀਂ ਕੌਣ ਹੋ? ਕਿਉਂਕਿ ਉਹ ਸਾਡੇ ਵਿੱਚੋਂ ਸੀਗਾ ਕਹਿਣ ਨੂੰ, ਅਤੇ ਉਹ ਸਾਡੀ ਟ੍ਰੈਡੀਸ਼ਨ ਨੂੰ, ਸਾਡੇ ਬੋਲਿਆਂ ਨੂੰ ਸਾਨੂੰ ਬਿਹਤਰ ਜਾਣਦਾ ਸੀਗਾ, ਉਹਨੂੰ ਪਤਾ ਸੀਗਾ ਕਿ ਇਹਨਾਂ ਨੇ ਕਿਆ ਕਹਿਣਾ। ਸਾਹਿਬਜ਼ਾਦੇ ਕਹਿਣ ਲੱਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਭਚੰਗੀ ਹਾਂ। ਉਹ ਕਹਿੰਦਾ ਜੀ ਨੋਟ ਕਰੋ, ਇਹਨਾਂ ਨੇ ਆਪਣੇ ਆਪ ਨੂੰ ਬੱਚੇ ਨਹੀਂ ਕਿਹਾ ਹੈ, ਭਚੰਗੀ ਕਿਹਾ। ਭਚੰਗੀ ਦਾ ਮਤਲਬ ਸੱਪ ਹੁੰਦਾ, ਅਜਗਰ ਹੁੰਦਾ। ਦੂਸਰਾ ਉਹਨੇ ਕਿਹਾ ਕਿ ਤੁਸੀਂ ਜੇ ਤੁਹਾਨੂੰ ਛੱਡ ਦਿੱਤਾ ਜਾਏ, ਤੁਸੀਂ ਸ਼ਸਤਰ ਬੱਧ ਹੋ, ਤੁਹਾਨੂੰ ਛੱਡ ਦਿੱਤਾ ਜਾਏ, ਤੁਸੀਂ ਕਿਆ ਕਰੋਗੇ? ਉਹ ਕਹਿਣ ਲੱਗੇ ਕਿ ਅਸੀਂ ਬਾਹਰ ਜਾ ਕੇ ਗੁਰੂ ਖਾਲਸਾ ਪੰਥ ਇਕੱਠਾ ਕਰਾਂਗੇ। ਪੰਥ ਇਕੱਠਾ ਕਰਕੇ ਸਾਡੇ ਗੁਰੂ ਘਰ ਦਾ ਇਹ ਨੇਮ ਹੈ ਕਿ ਜਿਹੜਾ ਜਰਵਾਣਾ ਚੜ੍ਹ ਕੇ ਆਏ ਉਹਦੇ ਤੋਂ ਅਸੀਂ ਹੱਕ ਲੈਣਾ, ਨਿਆਂ ਲੈਣਾ।
ਅਤੇ ਜਿਹੜੇ ਜਰਵਾਣੇ ਅਹਿਲਕਾਰ ਸਾਡੇ ਗੁਰੂ ਘਰਾਂ 'ਤੇ ਚੜ੍ਹ ਕੇ ਆਏ ਨੇ, ਜਿਨ੍ਹਾਂ ਨੇ ਸਾਡੇ ਵੀਰਾਂ ਦੀਆਂ ਸ਼ਹਾਦਤਾਂ ਕੀਤੀਆਂ ਨੇ, ਅਸੀਂ ਉਹਨਾਂ ਤੋਂ ਆਪਣਾ ਹੱਕ ਲਵਾਂਗੇ। ਉਹ ਕਹਿੰਦੇ ਜੀ, ਇਹ ਨੋਟ ਕਰੋ, ਇਹਨਾਂ ਨੇ ਰਾਜ ਦੇ ਖਿਲਾਫ ਧਰੋਹ ਕਰਨਾ। ਇਹ ਦੋ ਸਵਾਲਾਂ ਦੇ ਆਧਾਰ ਦੇ ਉੱਤੇ ਸਜ਼ਾ ਹੋਈ। ਫਿਰ ਉਹ ਕਹਿੰਦਾ ਕਿ ਇਹਨਾਂ ਨੇ ਰਾਜ ਧਰੋਹ ਕਰਨਾ ਹੈ ਅਤੇ ਇਹ ਬੱਚੇ ਨਹੀਂ ਹਨ, ਇਹ ਪਚੰਗੀ ਅਜਗਰ ਹੈ। ਅਜਗਰ ਨੂੰ ਕਿਆ ਸਜ਼ਾ ਹੈ? ਜੇ ਤੁਹਾਡੇ ਡੰਗ ਮਾਰੇ ਸ਼ਰ੍ਹਾਂ 'ਚ ਉਹ ਦੇਣੀ ਹੈ। ਸੋ ਉਹ ਸੁੱਚਾ ਆਨੰਦ ਉਹ ਇਸਲਾਮਿਕ ਨਹੀਂ ਸੀਗਾ। ਔਰ ਇਸ ਤੋਂ ਵੀ ਮੈਂ ਹੋਰ ਪਿੱਛੇ ਜਾਵਾਂ ਕਿ ਇਹ ਤਾਂ ਬਿਲਕੁਲ ਕਲਾਈਮੈਕਸ ਹੈ ਇਹ ਸਾਰੇ ਯੁੱਧਾਂ ਦਾ, ਜੰਗਾਂ ਦਾ। ਇਹ ਯੁੱਧ ਸ਼ੁਰੂ ਕਿੱਥੋਂ ਹੋਏ? ਦਸਵੇਂ ਪਾਤਸ਼ਾਹ ਦੇ ਵਕਤ। ਯੁੱਧ ਸ਼ੁਰੂ ਤਾਂ ਇਸ ਗੱਲ ਤੋਂ ਹੋਏ ਕਿ ਜਦੋਂ ਦਸਵੇਂ ਪਾਤਸ਼ਾਹ ਨੇ ਅਕਾਲ ਸੈਨਾ, ਅਕਾਲੀ ਫੌਜ ਸੰਗਠਿਤ ਕਰਨੀ ਸ਼ੁਰੂ ਕੀਤੀ, ਉਸ ਵਕਤ ਸਭ ਤੋਂ ਪਹਿਲਾਂ ਜਿਹੜੀ ਖੁਣਸ ਹੈ ਉਹ ਰਾਜਪੂਤ ਹਿੰਦੂ ਪਹਾੜੀ ਰਾਜਿਆਂ ਦੇ ਮਨ 'ਚ ਆਈ। ਉਸ ਖੁਣਸ ਦੇ ਸਦਕਾ ਭੰਗਾਣੀ ਦਾ ਯੁੱਧ ਹੋਇਆ। ਔਰ ਉਸ ਤੋਂ ਵੀ ਬਾਅਦ ਜਦੋਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਛਕਾਈ, ਚਾਰੇ ਵਰਨ ਇੱਕ ਵਰਨ ਕੀਤੇ, ਉਸ ਵਕਤ ਰਵਾਲਸਰ ਦੇ ਸਥਾਨ ਦੇ ਉੱਤੇ ਜਿੰਨੇ ਵੀ ਇਹ ਸਾਰੇ ਬਾਈਧਾਰ ਦੇ ਰਾਜੇ ਨੇ ਉਹਨਾਂ ਦੇ ਨਾਲ ਇੱਕ ਬੈਠਕ ਹੋਈ। ਪਾਤਸ਼ਾਹ ਨੇ ਕਿਹਾ ਕਿ ਹੁਣ ਇਹ ਸਮਾਂ ਹੈ ਕਿ ਰਾਜਨੀਤਿਕ ਗੁਲਾਮੀ ਕੱਟੀ ਜਾਏ, ਇਸ ਲਈ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਲੋਕਾਂ ਦੇ ਰਾਖੇ ਹੋ, ਲੋਕਾਂ ਦੀ ਬਾੜ ਹੋ, ਤੁਸੀਂ ਇਹ ਆਪਣਾ ਫਰਜ਼ ਲੋਕਾਂ ਦਾ ਨਿਭਾਓ, ਉਹਨਾਂ ਦੇ ਗਲੋਂ ਗੁਲਾਮੀ ਕੱਟੋ। ਕਿਉਂਕਿ ਔਰੰਗਜ਼ੇਬ ਕੋਈ ਦੋ ਦਹਾਕੇ ਤੋਂ ਮਰਾਠਵਾੜੇ ਦੇ ਇਲਾਕੇ ਦੇ ਵਿੱਚ ਮਰਾਠਿਆਂ ਦੇ ਨਾਲ ਯੁੱਧ ਦੇ ਵਿੱਚ ਮਸ਼ਰੂਫ ਸੀਗਾ। ਉਹਦੇ ਕੋਲ ਉਹ ਜੰਗ ਜਿੱਤਣੀ ਹੋ ਰਹੀ ਸੀਗੀ, ਉਹ ਸੀਗਾ ਹੀ ਨਹੀਂ ਦਿੱਲੀ। ਪਿਛਲੇ 15-20 ਸਾਲ ਤੋਂ ਉਹ ਮੱਧ ਭਾਰਤ 'ਚ ਹੀ ਸੀਗਾ। ਤਾਂ ਰਾਜਪੂਤ ਰਾਜੇ ਕਹਿਣ ਲੱਗੇ ਕਿ ਇਹ ਗੱਲ ਠੀਕ ਹੈ, ਪਰ ਇੱਕ ਕੰਮ ਕਰੋ, ਜਿਹੜਾ ਤੁਸੀਂ ਖੰਡੇ ਬਾਟੇ ਦੀ ਇਹ ਪੌਲ ਛਕਾਉਣੀ ਸ਼ੁਰੂ ਕੀਤੀ ਸਾਰਿਆਂ ਨੂੰ ਹੀ, ਸਾਰੇ ਵਰਨਾ ਵਾਲਿਆਂ ਨੂੰ ਹੀ, ਇਹ ਗੱਲ ਠੀਕ ਨਹੀਂ ਹੈ। ਇਹ ਇਕੱਲੀ ਰਾਜਪੂਤਾਂ ਦੇ ਲਈ ਤੁਸੀਂ ਰਾਖਵੀਂ ਰੱਖੋ। ਉਦੋਂ ਅੱਜ ਕੱਲ੍ਹ ਦਾ ਜਿਹੜਾ ਕਿਸਾਨੀ ਵਰਗ ਹੈ ਉਹ ਤਾਂ ਹੁਣ ਮਹਾਰਾਜ ਦੇ ਕਰਕੇ ਅਸੀਂ ਪਾਤਸ਼ਾਹੀਆਂ ਭੋਗ ਲਈਆਂ ਨੇ, ਸਾਡੀਆਂ ਬੜੀਆਂ ਸ਼ਾਨਾਂ ਬੁਲੰਦ ਹੋ ਗਈਆਂ ਨੇ, ਅਸੀਂ ਵਰਨਾ ਤੋਂ ਬਾਹਰੇ ਹੋ ਗਏ ਹਾਂ। ਪਾਤਸ਼ਾਹ ਦੇ ਜ਼ਮਾਨੇ ਦੇ ਵਿੱਚ ਤਾਂ ਜਿਹੜਾ ਕਿਸਾਨੀ ਵਰਗ ਉਹ ਸ਼ੂਦਰਾਂ 'ਚ ਹੀ ਆਉਂਦਾ ਸੀਗਾ, ਤੀਜੇ ਵਰਨ 'ਚ ਹੀ ਸੀਗਾ, ਉਹ ਵੈਸ਼ ਜਾਂ ਸ਼ੂਦਰ ਦੋਨਾਂ 'ਚੋਂ ਇੱਕ 'ਚ ਆਉਂਦਾ ਸੀਗਾ। ਸੋ ਉਸ ਵਕਤ ਤਾਂ ਕੋਈ ਹੈਸੀਅਤ ਹੀ ਨਹੀਂ ਸੀਗੀ ਕਿਸੇ ਦੀ। ਉਹ ਕਹਿੰਦੇ ਵੀ ਇਹ ਲੋਕਾਂ ਦੀ ਤਾਂ ਕੋਈ ਹੈਸੀਅਤ ਹੀ ਹੈ ਨਹੀਂ ਜਿਨ੍ਹਾਂ ਨੂੰ ਤੁਸੀਂ ਖੰਡੇ ਬਾਟੇ ਦੀ ਪੌਲ ਛਕਾ ਕੇ ਦਸਤਾਰ ਸਜਾਉਣ ਦੇ ਕਾਬਲ ਕਰ ਰਹੇ, ਸ਼ਸਤਰ ਰੱਖਣ ਦੇ ਕਾਬਲ ਕਰ ਰਹੇ, ਇਹਨਾਂ ਨੂੰ ਪਾਤਸ਼ਾਹੀਆਂ ਦੇਣ ਦੇ ਵਾਅਦੇ ਕਰ ਰਹੇ, ਅਤੇ ਇਹ ਗੱਲ ਠੀਕ ਨਹੀਂ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਇਹ ਸਾਡਾ ਹੱਕ ਹੈ, ਅਤੇ ਤੁਸੀਂ ਇਹ ਬਾਕੀ ਹੋਰ ਜਾਤਾਂ ਵਾਲਿਆਂ ਨੂੰ ਅੰਮ੍ਰਿਤ ਛਕਾਉਣ ਦਾ ਜਿਹੜਾ ਕੰਮ ਹੈ ਇਹ ਬੰਦ ਕਰੋ। ਇਸ ਗੱਲ ਤੋਂ ਪਾਤਸ਼ਾਹ ਦੇ ਨਾਲ ਉਹਨਾਂ ਦੀ ਰਵਾਲਸਰ ਦੇ ਸਥਾਨ 'ਤੇ ਤਕਰਾਰ ਹੋਈ। ਉਸ ਤਕਰਾਰ ਕਰਕੇ ਪਹਿਲਾਂ ਉਹਨਾਂ ਨੂੰ ਜਦੋਂ ਪਾਤਸ਼ਾਹ ਨੇ ਕਿਹਾ ਕਿ ਇੱਦਾਂ ਨਹੀਂ ਹੋਣੀ ਹੈ, ਇੱਥੇ ਗੁਣ ਦੀ ਗੱਲ ਹੈ, ਇੱਥੇ ਜਾਤ ਕਰਕੇ, ਧਰਮ ਕਰਕੇ ਜਾਂ ਕਿਸੇ ਵੀ ਹੋਰ ਗੱਲ ਕਰਕੇ, ਵਡਿਆਈ ਕਰਕੇ ਨਹੀਂ ਕਿਸੇ ਨੂੰ ਕੁਛ ਮਿਲਦਾ, ਗੁਣ ਕਰਕੇ ਖੰਡੇ ਬਾਟੇ ਦੀ ਪੌਲ ਮਿਲਦੀ। ਜਿਹੜਾ ਗੁਣ ਕਰਕੇ ਉੱਚਾ ਅਤੇ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਸੀਸ ਦੇਣ ਦਾ ਵਚਨ ਕਰੇ ਉਹਨੂੰ ਮਿਲਦੀ। ਤਾਂ ਉਸ ਤਕਰਾਰ ਕਰਕੇ ਪਹਾੜੀ ਰਾਜਿਆਂ ਨੇ ਪਾਤਸ਼ਾਹ ਨੂੰ ਕੈਦ ਕਰਨ ਦੀ ਸੋਚ ਵੀ ਸੋਚੀ। ਉਹ ਤਾਂ ਜਿਹੜਾ ਮੰਡੀ ਦਾ ਰਾਜਾ ਹੈ ਉਹ ਪਾਤਸ਼ਾਹ ਦਾ ਸ਼ਰਧਾਲੂ ਸੀਗਾ, ਉਹਨੂੰ ਇਹ ਗੱਲ ਪਤਾ ਲੱਗੀ ਅਤੇ ਉਹਨੂੰ ਲੱਗਿਆ ਕਿ ਮੇਰੇ ਇਲਾਕੇ ਦੇ ਵਿੱਚ ਪਾਤਸ਼ਾਹ ਦੇ ਨਾਲ ਐਸੀ ਘਟਨਾ ਵਾਪਰੇ, ਇਹ ਮੇਰੇ 'ਤੇ ਕਲੰਕ ਹੈ। ਉਹਨੇ ਪਾਤਸ਼ਾਹ ਨੂੰ ਕਹਿ ਕੇ
ਉੱਥੋਂ ਪਾਤਸ਼ਾਹ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਰਵਾਲਸਰ ਤੋਂ ਇੱਕ ਰਸਤਾ ਕੋਠਾ ਗੁਰੂ ਦੇ ਰਾਹੀਂ ਆਉਂਦਾ, ਉੱਧਰ ਤੋਂ ਮਹਾਰਾਜ ਨੂੰ ਉਹ ਮੰਡੀ ਲੈ। ਸੋ ਇੱਥੋਂ ਇਹ ਗੱਲ ਸ਼ੁਰੂ ਹੋਈ ਸੀ ਰਾਜ ਅਭਿਮਾਨ ਤੋਂ। ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਜਿਹੜਾ ਸਮੁੱਚੀ ਲੁਕਾਈ ਨੂੰ ਸੋਧਣ ਦਾ ਇਹ ਗੁਰਮਤਿ ਗਾਡੀ ਰਾਹ ਹੈ, ਇਹਦੇ ਨਾਲ ਐਡਾ ਵੱਡਾ ਬੈਰ ਕਿੱਦਾਂ ਪੈਦਾ ਹੋਇਆ ਕਿ ਐਡੇ ਵੱਡੇ ਪੱਧਰ ਦੇ ਉੱਤੇ ਬਜ਼ੁਰਗਾਂ ਬੱਚਿਆਂ ਦੀਆਂ ਸ਼ਹਾਦਤਾਂ ਤੱਕ ਗੱਲ ਪਹੁੰਚੀ। ਸੋ ਇਹ ਨੁਕਤੇ ਸੰਬੰਧੀ ਮੈਂ ਗੱਲ ਕਰ ਰਿਹਾ। ਸੋ ਜਿੱਦਾਂ ਆਪਾਂ ਭਾਈ ਗੁਰਦਾਸ ਜੀ ਦੀ ਵਾਰ ਸੁਣੀ, ਜਿਹੜੀ ਵਾਰ ਉਹਨਾਂ ਨੇ ਸੁਣਾਈ ਉਹ ਚੌਥੀ ਵਾਰ ਸੀਗੀ ਜਿਹਦੇ ਵਿੱਚ ਧਾਰਮਿਕ ਤੌਰ ਦੇ ਉੱਤੇ ਜਿਹੜੀ ਗੰਗ ਬਨਾਰਸ ਹਿੰਦੂਆਂ ਤੋਂ ਸ਼ੁਰੂ ਹੁੰਦੀ ਆ ਕਿ ਉਹਨਾਂ ਦੇ ਨਾਲ ਜੋ ਗੋਸ਼ਟ ਹੋਇਆ ਉਹਦੇ ਬਾਰੇ ਗੱਲ ਕੀਤੀ। ਪਰ ਇਸ ਤੋਂ ਪਹਿਲੀ ਵੀ ਇੱਕ ਪੌੜੀ ਹੈ ਇਸੇ ਵਾਰ ਦੀ, ਉਹਦਾ ਸੰਬੰਧ ਜਾਂ ਉਹਦੇ ਸਾਰੇ ਚਿੰਨ੍ਹ ਨੇ ਉਹ ਰਾਜ ਨਾਲ ਸੰਬੰਧ ਨੇ। ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਅਜ਼ਮਤ ਦੱਸੀ ਜਾਂਦੀ, ਉਹ ਕਹਿੰਦੇ ਕਿ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾਹ ਸਹਾਬਾ, ਕਿ ਗੁਰੂ ਨਾਨਕ ਪਾਤਸ਼ਾਹ ਸੱਚਾ ਗੁਰੂ ਆ, ਸੱਚਾ ਪਾਤਸ਼ਾਹ ਆ, ਉਹਦੀ ਸਾਹਿਬੀ, ਸਾਹਿਬ ਕਹਿੰਦੇ ਉੱਚੇ ਨੂੰ, ਵੱਡੇ ਨੂੰ, ਬੁਲੰਦ ਨੂੰ, ਉਹਦੀ ਸਾਹਿਬੀ ਕਹਿੰਦੇ ਬੇਪਰਵਾਹ ਅਥਾਹ। ਜਿਹੜੇ ਛੋਟੇ ਰਾਜੇ ਆ ਉਹਨਾਂ ਦੇ ਅੱਗੇ ਜਦੋਂ ਦਰਬਾਰ 'ਚ ਵੜਦੇ ਸੀਗੇ ਉਹਨਾਂ ਦੇ ਕਈ ਲਕਬ ਬੋਲੇ ਜਾਂਦੇ ਸੀਗੇ, ਉਹ ਨੀਅਤ ਹੁੰਦੇ ਸੀਗੇ। ਪਰ ਕਹਿੰਦਾ ਪਾਤਸ਼ਾਹ ਦੀ ਜਿਹੜੀ ਸਾਹਿਬੀ ਆ ਬੇਅਥਾਹ ਬੇਪਰਵਾਹ। ਫਿਰ ਉਹ ਅੱਗੇ ਚੱਲ ਕੇ ਕਹਿੰਦੇ ਕਿ ਇੱਕ ਛੱਤ ਰਾਜ ਕਮਾਂ ਵਧਾ ਦੁਸ਼ਮਣ ਦੂਤ ਨਸੋਰ ਸਰਾਬਾ, ਕਿ ਗੁਰੂ ਨਾਨਕ ਪਾਤਸ਼ਾਹ ਦੀ ਪਾਤਸ਼ਾਹੀ ਇਸ ਤਰ੍ਹਾਂ ਦੀ ਆ ਜਿਹਦਾ ਛਤਰ ਸਾਰੀ ਦੁਨੀਆ 'ਤੇ, ਇੱਕੋ ਹੀ ਛਤਰ ਹੈ ਸਾਰੀ ਦੁਨੀਆ ਦੇ ਉੱਤੇ, ਅਤੇ ਉਸ ਛਤਰ ਦੇ ਅਧੀਨ ਦੁਸ਼ਮਣ ਦੁਸ਼ਮਣ ਦੂਤ ਅਤੇ ਨਾ ਸ਼ੋਰ ਸ਼ਰਾਬਾ, ਕੋਈ ਉਸ ਦੇ ਰਾਜ ਦੇ ਵਿੱਚ ਗੈਰ ਵਾਲੀ ਗੱਲ ਹੈ ਨਹੀਂ। ਦੁਸ਼ਮਣ ਕਹਿੰਦੇ ਗੈਰ ਨੂੰ, ਅਦਰ ਨੂੰ, ਦੂਜੇ ਨੂੰ, ਕਿ ਕੋਈ ਦੂਜਗੀ ਦੂਜੇ ਵਾਲੀ ਗੱਲ ਨਹੀਂ ਹੈ ਅਤੇ ਕੋਈ ਸ਼ੋਰ ਸ਼ਰਾਬਾ ਨਹੀਂ ਹੈ। ਸ਼ੋਰ ਸ਼ਰਾਬਾ ਉਦੋਂ ਹੁੰਦਾ ਜਦ ਕਿਸੇ ਨਾਲ ਧੱਕਾ ਹੋਏ, ਉਹ ਆਪਣੇ ਧੱਕੇ ਮਾਰੇ, ਦੁੱਖ ਮਾਰੇ, ਰੌਲਾ ਪਾਉਂਦਾ। ਅਤੇ ਇਸ ਤਰ੍ਹਾਂ ਦਾ ਪਾਤਸ਼ਾਹ ਦਾ ਜਿਹੜਾ ਉਹ ਰਾਜ ਹੈ, ਕਿ ਗੁਰੂ ਨਾਨਕ ਪਾਤਸ਼ਾਹ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀ ਵਰਤਾਰਾ ਵਰਤਦਾ। ਉਹ ਅੱਗੇ ਕਹਿੰਦੇ ਕਿ ਪਾਤਸ਼ਾਹ ਦੇ ਬਾਰੇ ਉਹ ਭਾਈ ਗੁਰਦਾਸ ਜੀ ਕਹਿੰਦੇ ਕਿ ਆਦਲ, ਅਦਲ ਚਲਾ ਜਾਂਦਾ, ਆਦਲ ਹੁੰਦਾ ਜਿਹੜਾ ਇਨਸਾਫ ਦੇਣ ਵਾਲਾ, ਅਦਲ ਹੁੰਦਾ ਇਨਸਾਫ, ਕਿ ਆਦਲ ਅਦਲ ਚਲਾ ਜਾਂਦਾ, ਕਿ ਉਹ ਪਾਤਸ਼ਾਹ ਸਭ ਤੋਂ ਵੱਡਾ ਇਨਸਾਫ ਦੇਣ ਵਾਲਾ ਹੈ ਅਤੇ ਉਸ ਦੇ ਰਾਜ ਦੇ ਵਿੱਚ ਇਨਸਾਫ ਦਿੱਤਾ ਜਾਂਦਾ। ਰਾਜ ਦਾ ਇਹ ਬੁਨਿਆਦੀ ਕੰਮ ਹੈ ਕਿ ਉਹ ਜਿਹੜੇ ਵੀ ਉਹਦੇ ਮਤਾਇਤ ਨੇ, ਜਿਨ੍ਹਾਂ ਦਾ ਉਹ ਆਗੂ ਬਣਿਆ ਹੋਇਆ ਪਾਤਸ਼ਾਹ, ਉਹ ਉਹਨਾਂ ਨੂੰ ਇਨਸਾਫ ਦੇਵੇ ਅਤੇ ਉਹਨਾਂ ਦੀ ਰੱਖਿਆ ਕਰੇ। ਤਾਂ ਉਹ ਇਹ ਗੱਲ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਰਾਜ ਦੇ ਵਿੱਚ ਇਹ ਗੱਲ ਹੈ। ਅਗਲੀ ਗੱਲ ਉਹ ਕਹਿੰਦੇ ਕਿ ਜ਼ਾਲਮ ਜ਼ੁਲਮ ਨਜ਼ੋਰ ਜਰਾਬਾ, ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਛਤਰ ਫਿਰਦਾ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਰਾਜ ਚੱਲਦਾ ਹੈ, ਨਾ ਉੱਥੇ ਜ਼ਾਲਮ ਹੈ, ਨਾ ਉੱਥੇ ਜ਼ੁਲਮ ਹੈ, ਨਾ ਉੱਥੇ ਜ਼ੋਰ ਜਰਾਬਾ, ਨਾ ਉੱਥੇ ਧੱਕੇ ਕਰਕੇ ਕਿਸੇ ਨੂੰ ਦੁੱਖ ਪਾਉਂਦਾ। ਤਾਂ ਉਹ ਕਹਿੰਦੇ ਕਿ ਜਾਹਰ ਪੀਰ ਜਗਤ ਗੁਰ ਬਾਬਾ, ਇਸ ਗੱਲ ਕਰਕੇ ਉਹ ਜਾਹਰ ਪੀਰ ਜਗਤ ਗੁਰ ਬਾਬਾ। ਇਹ ਰਾਜ ਦਾ ਜਿਹੜਾ ਸੰਕਲਪ ਹੈ, ਇਸ ਰਾਜ ਦੇ ਸੰਕਲਪ ਨੂੰ ਮੁੱਖ ਰੱਖ ਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਤਮਕ ਤੌਰ ਦੇ ਉੱਤੇ ਮਨੁੱਖ ਜਗਾਉਣੇ ਸ਼ੁਰੂ ਕੀਤੇ,
ਉਹ ਚਾਹੇ ਹਿੰਦੂਆਂ 'ਚੋਂ ਸੀਗੇ ਚਾਹੇ ਮੁਸਲਮਾਨਾਂ 'ਚੋਂ ਸੀਗੇ, ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣਦੇ ਗਏ ਅਤੇ ਸਿੱਖਾਂ ਤੋਂ ਸੰਗਤਾਂ ਬਣਦੀਆਂ ਗਈਆਂ, ਅਤੇ ਸੰਗਤਾਂ ਤੋਂ ਇਸ ਤਰ੍ਹਾਂ ਦੇ ਜਥੇ ਪੈਦਾ ਹੋਣ ਲੱਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਰਾਜ ਦੇ ਛੋਟੇ ਛੋਟੇ ਨਮੂਨੇ ਪੇਸ਼ ਕਰਨੇ ਸ਼ੁਰੂ ਕੀਤੇ, ਲੋਕਾਂ ਨੂੰ ਇਨਸਾਫ ਲੈ ਕੇ ਦੇਣਾ ਸ਼ੁਰੂ ਕੀਤਾ, ਜ਼ਾਲਮ ਅਤੇ ਜ਼ੁਲਮ ਦੀਆਂ ਕਹਾਣੀਆਂ ਮਕਾਣੀਆਂ ਸ਼ੁਰੂ ਕੀਤੀਆਂ, ਤਾਂ ਉਸ ਵਕਤ ਫਿਰ ਜਿਹੜਾ ਰਾਜ ਦਾ ਅਭਿਮਾਨ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ਼ ਉੱਠ ਖੜਾ ਹੋਇਆ। ਸਭ ਤੋਂ ਵਿਆਪਕ, ਸਭ ਤੋਂ ਡੂੰਘਾ ਰਾਜ ਦਾ ਅਭਿਮਾਨ ਹੁੰਦਾ। ਅਭਿਮਾਨ ਪੈਸੇ ਦਾ ਵੀ ਬਹੁਤ ਹੁੰਦਾ ਬੰਦੇ ਨੂੰ, ਅਭਿਮਾਨ ਸ਼ਸਤਰ ਦਾ ਵੀ ਬਹੁਤ ਹੋ ਜਾਂਦਾ ਬੰਦੇ ਨੂੰ, ਅਭਿਮਾਨ ਗੁਣਾਂ ਦਾ ਵੀ ਬਹੁਤ ਹੁੰਦਾ, ਪਰ ਸਭ ਤੋਂ ਵੱਡਾ ਅਭਿਮਾਨ ਰਾਜ ਦਾ ਅਭਿਮਾਨ ਹੁੰਦਾ। ਉਹ ਕਿਉਂ? ਕਿਉਂਕਿ ਰਾਜ ਦੇ ਵਿੱਚ ਬੰਦੇ ਕੋਲ ਹੁਕਮ ਹਾਸਲ ਹੋ ਜਾਂਦਾ, ਉਹ ਦੂਜੇ ਨੂੰ ਹੁਕਮ ਦੇ ਸਕਦਾ। ਪੈਸਾ ਬੇਸ਼ੱਕ ਬੰਦੇ ਕੋਲ ਬਹੁਤ ਹੋ ਜਾਏ ਬਟ ਉਹਨੂੰ ਦੂਜੇ ਨੂੰ ਹੁਕਮ ਦੇਣ ਦੀ ਆਦਤ ਨਹੀਂ ਹੁੰਦੀ ਹੈ। ਸ਼ਸਤਰ ਵੀ ਬੇਸ਼ੱਕ ਤੁਹਾਡੇ ਕੋਲ ਬਹੁਤ ਹੋ ਜਾਏ, ਤੁਸੀਂ ਕਿਸੇ 'ਤੇ ਹੁਕਮ ਦੇਣ ਦੀ ਸਾਨੂੰ ਆਦਤ ਨਹੀਂ ਹੁੰਦੀ ਹੈ। ਗੁਣਾਂ ਵਾਲੇ ਬੰਦੇ 'ਚ ਵੀ ਇਹ ਗੱਲ ਹੈ, ਰਾਜ ਬੇਸ਼ੱਕ ਛੋਟਾ ਹੀ ਹੋ ਜਾਏ, ਨਿੱਕੇ ਤੋਂ ਨਿੱਕਾ ਰਾਜ ਵੀ ਹੋ ਜਾਏ, ਉਹਨੂੰ ਹੁਕਮ ਦੇਣ ਦੀ ਆਦਤ ਪੈ ਜਾਂਦੀ ਹੈ। ਅਤੇ ਹੁਕਮ ਦੇਣ ਦੀ ਆਦਤ, ਹੁਕਮ ਦੇਣ ਦਾ ਹੱਕ ਕਿਹਦੇ ਕੋਲ ਹੈ? ਸਭ ਤੋਂ ਵੱਡਾ ਉਹ ਅਕਾਲ ਪੁਰਖ ਕੋਲ ਹੈ, ਕਿਉਂਕਿ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਛ ਚੱਲਣ ਲੱਗ ਗਿਆ। ਅਤੇ ਜਦੋਂ ਉਹ ਉਸ ਰੂਪ ਦੇ ਵਿੱਚ ਚੱਲਿਆ ਜਾਂਦਾ, ਚਾਹੇ ਅਚੇਤ ਰੂਪ 'ਚ ਹੀ ਚੱਲਿਆ ਜਾਂਦਾ, ਅਤੇ ਉਹ ਅਕਾਲ ਪੁਰਖ ਦੇ ਰੂਪ ਦੇ ਵਿੱਚ ਜਾ ਕੇ, ਅਕਾਲ ਪੁਰਖ ਨੇ ਤਾਂ ਹੁਕਮ ਦੇਣ ਦੀ ਹੈਸੀਅਤ ਉਹਦੀ ਬਣਾਈ ਸੀਗੀ ਇਨਸਾਫ ਦੇਣ ਦੇ ਲਈ, ਗਰੀਬਾਂ ਦੀ ਰੱਖਿਆ ਦੇ ਲਈ। ਅਤੇ ਜਦ ਉਹ ਹੁਕਮ ਆਪਣੇ ਐਸ਼ ਈਸ਼ਵਰ ਦੇ ਲਈ, ਆਪਣੇ ਸਾਰੇ ਵਿਕਾਰਾਂ ਦੇ ਲਈ, ਆਪਣੇ ਕੁਟੁੰਬ ਦੇ ਲਈ, ਆਪਣੇ ਆਪੇ ਦੇ ਲਈ ਹੁਕਮ ਦੇਣ ਲੱਗ ਜਾਏ, ਤਾਂ ਫਿਰ ਉਹੀ ਅਕਾਲ ਪੁਰਖ ਦਾ ਸ਼ਰੀਕ ਬਣਦਾ। ਅਤੇ ਇਸ ਕਰਕੇ ਜਿਹੜਾ ਰਾਜ ਦਾ ਅਭਿਮਾਨ ਹੈ ਉਹ ਇੱਕ ਐਸਾ ਅਭਿਮਾਨ ਹੈ ਜਿਹੜਾ ਫਿਰ ਮੁੜ ਕੇ ਅਕਾਲ ਪੁਰਖ ਦੇ ਰੂਪ ਨੂੰ ਵੀ ਪਛਾਣ ਸਕਣ ਤੋਂ ਅਸਮਰੱਥ ਹੋ ਜਾਂਦਾ। ਇਸੇ ਕਰਕੇ ਜਿੰਨੇ ਵੀ ਤੁਸੀਂ ਪਿਛਲੇ 400 ਸਾਲ ਦਾ ਇਤਿਹਾਸ ਗੁਰੂ ਅਰਜਨ ਸੱਚੇ ਪਾਤਸ਼ਾਹ ਤੋਂ ਬਾਅਦ ਦਾ ਦੇਖੋਗੇ ਕਿ ਦੂਸਰੇ ਪਾਸੇ ਜਦੋਂ ਕੋਈ ਚੜ੍ਹ ਕੇ ਆਇਆ ਉਹ ਫਿਰ ਰਾਜ ਅਭਿਮਾਨ 'ਚ ਆਇਆ, ਚਾਹੇ ਚੰਦੂ ਸੀਗਾ, ਚਾਹੇ ਅੱਜ ਇੰਦਰਾ ਸੀਗੀ, ਚਾਹੇ ਬਿਲਕੁਲ ਹੁਣ ਵਾਲੇ ਸਾਡੇ ਵਿੱਚੋਂ ਜਿਨ੍ਹਾਂ ਨੂੰ ਰਾਜ ਹਾਸਲ ਹੋਇਆ, ਹੁਕਮ ਹਾਸਲ ਹੋਇਆ, ਸਾਡੇ ਵਾਲੇ ਸਾਡੇ ਘਰਾਂ 'ਚੋਂ ਹੀ ਉੱਠ ਕੇ ਗੁਰੂ ਘਰ 'ਤੇ ਹਮਲਾਵਰ ਹੋ ਗਏ, ਗੁਰੂ ਘਰ ਦੀ ਸ਼ਾਨ ਜਿਨ੍ਹਾਂ ਨੇ ਢਾਹ ਲਾਈ, ਉਹ ਇੱਕੋ ਹੀ ਬੁਨਿਆਦੀ ਨੁਕਤਾ ਰਾਜ ਅਭਿਮਾਨ 'ਚੋਂ। ਸੋ ਅੱਜ ਵੀ, ਭਵਿੱਖ 'ਚ ਵੀ, ਬੀਤੇ ਦੇ ਵਿੱਚ ਵੀ, ਗੁਰੂ ਘਰ ਦੇ ਨਾਲ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਖੂਨੀ ਟਕਰਾਅ ਹੋਣੇ ਨੇ, ਜਿੱਥੇ ਖੂਨ ਰੇਜ਼ੀ ਹੋਣੀ ਹੈ, ਉਹਦੇ ਵਿੱਚ ਤੁਸੀਂ ਲੱਭੋਗੇ ਕਿ ਸਭ ਤੋਂ ਡੂੰਘੀ ਤਹਿ ਜਿਹੜੀ ਉਹ ਰਾਜ ਅਭਿਮਾਨ ਵਾਲੇ ਬੰਦਿਆਂ ਦੀ ਹੋਣੀ। ਸੋ ਇਹ ਜਿਹੜੀਆਂ ਸ਼ਹਾਦਤਾਂ ਨੇ ਇਹਨਾਂ ਨੂੰ ਇਸ ਰੰਗ 'ਚ ਦੇਖਣਾ ਚਾਹੀਦਾ। ਇਹ ਕੋਈ ਧਰਮਾਂ ਦੀ ਲੜਾਈ ਨਹੀਂ ਹੈ। ਬਹੁਤੀ ਵਾਰੀ ਆਪਾਂ ਨੂੰ ਇੱਦਾਂ ਲੱਗਦਾ ਕਿ ਵਜ਼ੀਰ ਖਾਨ ਦਾ ਨਾਂ ਮੁਸਲਮਾਨਾਂ ਵਾਲਾ ਸੀਗਾ ਅਤੇ ਉਹ ਮੁਸਲਮਾਨ ਹੋਣ ਕਰਕੇ ਉਹਨੇ ਕੀਤੇ, ਪਰ ਇੰਟਰਸਟਿੰਗ ਗੱਲ ਹੈ ਕਿ ਇਹ ਸਾਰੀ ਜੰਗ ਸ਼ੁਰੂ ਹੋਣ ਅਤੇ ਅਖੀਰ ਦੇ ਵਿੱਚ ਜਿਨ੍ਹਾਂ ਦੇ ਨਾਂ ਹਿੰਦੂਆਂ ਵਾਲੇ ਸੀਗੇ ਉਹ ਮਨੁੱਖ ਸੀਗੇ, ਸੁੱਚਾਨੰਦ ਹੋਣੀ ਜਾਂ ਪਹਾੜੀ ਰਾਜੇ ਸਾਰੇ। ਉਲਟਾ ਦੂਜੀਆਂ ਐਗਜ਼ੈਂਪਲਾਂ ਮਿਲ ਜਾਂਦੀਆਂ ਨੇ। ਜਿਸ ਦਿਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਛੋਟਿਆਂ ਦੀ, ਵਜ਼ੀਰ ਖਾਨ ਦੀ ਜਿਹੜੀ ਸਭ ਤੋਂ ਵੱਡੀ ਬੇਗਮ ਸੀਗੀ ਉਹਦਾ ਨਾਂ ਜੈਨਬ ਸੀਗਾ, ਉਹ ਮੁਸਲਮਾਨ ਸੀਗੀ। ਉਸ ਨੇ ਉਸ ਦਿਨ ਆਪਣੀ ਆਤਮ ਹੱਤਿਆ ਕਰੀ ਆਪਣੇ ਖੰਜਰ ਮਾਰ ਕੇ। ਉਹ ਕਹਿੰਦੀ ਕਿ ਮੈਂ ਐਸੇ ਜ਼ਾਲਮ ਬੰਦੇ ਦੇ ਘਰ ਨਹੀਂ ਰਹਿ ਸਕਦੀ ਜਿਹਨੇ ਇੰਨੇ ਛੋਟੇ ਬੱਚੇ ਕਤਲ ਕੀਤੇ।
ਕਿੰਨੇ ਹੋਰ ਇਸਲਾਮ ਨਾਲ ਜਿਹੜੇ ਸੰਬੰਧਿਤ ਨਾਵਾਂ ਵਾਲੇ ਬੰਦੇ ਨੇ, ਗਨੀ ਖਾਨ, ਨਮੀ ਖਾਨ, ਨਿਹੰਗ ਖਾਨ, ਹੋਰ ਕਿੰਨੇ ਮਿਲ ਜਾਣਗੇ। ਇੱਦਾਂ ਹਿੰਦੂ ਨਾਵਾਂ ਵਾਲੇ ਵੀ ਬਹੁਤ ਬੰਦੇ ਮਿਲ ਜਾਣਗੇ ਜਿਨ੍ਹਾਂ ਨੇ ਉਸ ਵਕਤ ਗੁਰੂ ਘਰ ਦੀ ਮਦਦ ਵੀ ਕੀਤੀ ਅਤੇ ਗੁਰੂ ਘਰ ਦੇ ਖਿਲਾਫ ਧਰੋਹ ਵੀ ਕੀਤਾ। ਸੋ ਮਸਲਾ ਧਰਮ ਦਾ ਨਹੀਂ ਹੈ, ਮਸਲਾ ਇਹ ਹੈ ਕਿ ਤੁਸੀਂ ਕਿਸ ਬਿਰਤੀ ਦੇ ਨਾਲ ਆਪਣਾ ਜੀਵਨ ਨਿਰਵਾਹ ਕਰ ਰਹੇ। ਅੱਜ ਇਸੇ ਕਰਕੇ ਚੱਲਦਿਆਂ ਚੱਲਦਿਆਂ ਬਹੁਤ ਬੰਦਿਆਂ ਦੇ ਨਾਂ ਦੇ ਮਗਰ ਸਿੰਘ ਜਾਂ ਕੌਰ ਲੱਗਾ ਹੁੰਦਾ। ਆ ਪਿਛਲੀ ਤਾਂ ਸਾਰੀ 75 ਸਾਲ ਦੀ ਹਿਸਟਰੀ ਤੁਸੀਂ ਦੇਖੋ ਕਿ ਗੁਰੂ ਖਾਲਸਾ ਪੰਥ ਦੇ ਉੱਤੇ ਵਾਰ ਕਰਨ ਵਾਲਿਆਂ ਬਹੁਤਿਆਂ 'ਚੋਂ ਹੀ ਆਪਣੇ ਨਿਕਲ ਆਉਣਗੇ। ਸੋ ਇਹ ਮਸਲੇ ਨੂੰ ਬਹੁਤਾ ਧਰਮ ਦੇ ਪ੍ਰਥਾ ਹੀ ਨਹੀਂ, ਇਹਨੂੰ ਜੋ ਦੁਨੀਆਦਾਰੀ ਦਾ ਵਰਤਾਰਾ ਹੈ, ਜੋ ਬਿਰਤੀ ਦੇ ਨਾਲ ਮਨੁੱਖ ਆਪਣਾ ਜੀਵਨ ਨਿਰਵਾਹ ਕਰ ਰਹੇ, ਉਸ ਦੇ ਨਾਲ ਦੇਖਣ ਦਾ। ਇਹ ਗੁਰਮੁਖਾਂ ਮਨਮੁਖਾਂ ਦੀ ਲੜਾਈ ਹੈ ਅਤੇ ਗੁਰਮੁਖਤਾਈ ਦੇ ਉੱਤੇ ਚੱਲਣ ਵਾਲੇ ਮੁਸਲਮਾਨ ਵੀ ਕਈ ਵਾਰ ਤੁਹਾਡੇ ਪਾਸੇ ਹੁੰਦੇ ਨੇ ਅਤੇ ਮਨਮੁਖਤਾਈ 'ਤੇ ਚੱਲਣ ਵਾਲਾ ਕਈ ਵਾਰ ਸਿੱਖ ਵੀ ਤੁਹਾਡੇ ਤੋਂ ਉਲਟ ਹੁੰਦਾ। ਸੋ ਇਹ ਇਸ ਤਰ੍ਹਾਂ ਹੀ ਲੜਾਈ ਚੱਲਣੀ ਹੈ, ਗੁਰਮੁਖਾਂ ਮਨਮੁਖਾਂ ਦੀ ਲੜਾਈ ਹੈ ਸਦਾ ਹੀ। ਸੋ ਹੁਣ ਮੇਰੇ ਲਈ 5-7 ਕੁ ਮਿੰਟ ਨੇ, ਉਹ ਮੈਂ ਜੋ ਹੁਣ ਚੱਲ ਰਿਹਾ ਉਹਦੇ ਸੰਬੰਧੀ ਕੁਛ ਵਿਚਾਰ ਕਰਨੀ, ਜੋ ਹੁਣ ਇਸ ਵਕਤ ਸਿੱਖ ਜਗਤ ਦੇ ਵਿੱਚ ਚੱਲ ਰਿਹਾ ਹੈ ਉਹ ਵੀ ਇਸੇ ਦਾਇਰੇ 'ਚ ਹੀ, ਇਸ ਤੋਂ ਬਾਹਰ ਨਹੀਂ ਹੈ, ਇਸ ਕਰਕੇ ਮੈਂ ਸਮਝਦਾ ਕਿ ਉਹਦਾ ਵੀ ਜ਼ਿਕਰ ਕਰਨਾ ਬਣਦਾ। ਕੁਛ ਦਿਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਦੀ ਇੱਕ ਰਾਜਨੀਤਿਕ ਪਾਰਟੀ ਦਾ ਰੌਲਾ ਚੱਲ ਰਿਹਾ ਹੈ ਜਿਹਦੇ ਸੰਬੰਧੀ ਫੈਸਲੇ ਹੋਣੇ ਨੇ, ਅਤੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਤਰ੍ਹਾਂ ਇੱਕ ਮਾਹੌਲ ਬਣਿਆ ਹੋਇਆ ਵੀ ਇੱਕ ਪਾਰਟੀ ਦੇ ਦੋ ਧੜਿਆਂ ਦੀ ਲੜਾਈ ਆ, ਉਹਨੂੰ ਇੱਦਾਂ ਬਣਾਇਆ ਜਾ ਰਿਹਾ ਵੀ ਸਾਰੇ ਹੀ ਪੰਥ ਦਾ ਇਹ ਖਰੇ ਮਸਲਾ ਹੈ ਵੀ ਸਾਰੇ ਪੰਥ ਦੇ ਮਸਲੇ, ਜੇ ਇਹ ਦੋ ਧੜਿਆਂ ਦੇ ਲੀਡਰਾਂ ਨੂੰ ਅਸੀਂ ਪੰਥ 'ਚੋਂ ਛੇਕ ਦਿੱਤਾ ਜਾਂ ਧਾਰਮਿਕ ਸਜ਼ਾ ਦੇ ਦਿੱਤੀ ਜਾਂ ਰਾਜਨੀਤਿਕ ਸਜ਼ਾ ਦੇ ਦਿੱਤੀ ਜਾਂ ਨਹੀਂ ਦੇ ਦਿੱਤੀ, ਉਹ ਦੋ ਧੜਿਆਂ ਦੇ ਕੁਛ 5-4 ਆਗੂਆਂ ਨੂੰ ਅਸੀਂ ਜੋ ਵੀ ਸਜ਼ਾ ਦੇ ਦਿੱਤੀ ਉਹਦੇ ਨਾਲ ਖਰੇ ਪੂਰਾ ਪੰਥ ਦੇ ਸਾਰੇ ਹੀ ਮਸਲੇ ਮੁੱਕ ਜਾਣੇ ਨੇ। ਇੱਦਾਂ ਹੀ ਇਹ ਸਾਰੀ ਗੱਲ ਨੂੰ ਸੋਸ਼ਲ ਮੀਡੀਆ ਰਾਹੀਂ ਇੰਨੇ ਕੁ ਇੱਕ ਨੁਕਤੇ 'ਤੇ ਸੀਮਤ ਕੀਤਾ ਹੋਇਆ। ਸੋ ਪਹਿਲੀ ਗੱਲ ਇਹ ਮੈਂ ਕਹਿਣੀ ਚਾਹੁੰਦਾ ਕਿ ਇਹ ਸਿਰਫ ਦੋ ਧੜੇ ਨੇ ਸਿੱਖਾਂ ਦੇ ਇੱਕ ਪਾਰਟੀ ਦੇ ਜਿਨ੍ਹਾਂ ਦਾ ਮਸਲਾ ਕਾਟੋ ਕਲੇਸ਼ ਚੱਲ ਰਿਹਾ, ਜਿਨ੍ਹਾਂ ਦੇ ਮੱਥੇ ਦੇ ਉੱਤੇ ਰਾਜ ਅਭਿਮਾਨ ਕਰਕੇ ਇੱਕ ਕਲੰਕ ਦਾ ਟਿੱਕਾ ਲੱਗਾ ਹੋਇਆ, ਉਸ ਇੱਕ ਪਾਰਟੀ ਦੇ ਦੋ ਧੜਿਆਂ ਦਾ ਰੌਲਾ ਹੈ, ਇਹ ਪੂਰੇ ਪੰਥ ਦਾ ਰੌਲਾ ਨਹੀਂ ਹੈ। ਸੋ ਇੱਕ ਪਾਰਟੀ ਦੇ ਵਿੱਚੋਂ ਉਹ ਚਾਹੇ ਸਾਰਿਆਂ ਨੂੰ ਕੱਢ ਦੇਣ ਚਾਹੇ ਸਾਰਿਆਂ ਨੂੰ ਰੱਖ ਲੈਣ, ਇਹਦੇ ਨਾਲ ਪੰਥ ਦੇ ਰਾਹ ਸਿੱਧੇ ਸਾਜ਼ਗਾਰ ਨਹੀਂ ਹੁੰਦੇ। ਸੋ ਜੇ ਪੰਥ ਦੀ ਗੱਲ ਕਰਨੀ ਆ, ਪੰਥ ਨੂੰ ਲੀਹ ਦੇ ਉੱਤੇ ਲੈ ਕੇ ਆਉਣਾ, ਤਾਂ ਫਿਰ ਜਿਹੜਾ ਪੰਥ ਹੈ ਉਹ ਬਹੁਤ ਵੱਡਾ ਵਿਆਪਕ ਹੈ। ਪੰਥ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਇੱਥੇ ਬੈਠੀਆਂ ਨੇ ਜਿਨ੍ਹਾਂ ਨੇ 40-40 ਸਾਲ ਪੰਥ ਦੇ ਪ੍ਰਥਾਏ ਬਿਨਾਂ ਕੋਈ ਅਹੁਦਾ ਲਏ, ਬਿਨਾਂ ਕੋਈ ਪਦਾਰਥ ਲਏ ਸੰਘਰਸ਼ ਕੀਤਾ, ਪੰਥ ਦੇ ਵਿੱਚ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੰਥ ਦੀ ਰਵਾਇਤ ਨੂੰ ਕਾਇਮ ਰੱਖਿਆ, ਜਿਨ੍ਹਾਂ 'ਚ ਜਿੱਥੇ ਬਾਬਾ ਨਾਗਰ ਸਿੰਘ ਹੋਣੀ ਜਾਏ ਬਾਬਾ ਨਰੰਗ ਸਿੰਘ ਹੋਣੀ ਬੈਠੇ ਗਏ ਨੇ, ਪੰਥ ਦੇ ਵਿੱਚ ਉਹ ਵੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਇੱਥੇ ਕੀਰਤਨ ਕਰਕੇ ਗਏ ਨੇ, ਜਿਨ੍ਹਾਂ ਨੇ ਗੁਰੂ ਦੀ ਕੀਰਤਨ ਦੀ ਪਰੰਪਰਾ ਨੂੰ ਸਾਂਭ ਕੇ ਰੱਖਿਆ ਹੋਇਆ। ਪੰਥ ਤਾਂ ਬਹੁਤ ਵਿਸ਼ਾਲ ਹੈ, ਜੇ ਸਾਰੇ ਪੰਥ ਦੀ ਸੂਤਰਧਾਰਤਾ ਦੀ ਗੱਲ ਕਰਨੀ ਫਿਰ ਸਾਰੇ ਪੰਥ ਦੇ ਸਾਰੇ ਬੰਦਗੀ ਦੇ ਸਿੱਖਾਂ ਨੂੰ ਨਾਲ ਲੈਣਾ ਪੈਣਾ ਅਤੇ ਫੈਸਲੇ ਸਾਂਝੇ ਹੋਣੇ। ਇਸੇ ਪ੍ਰਥਾਏ ਆਪਾਂ 2-3 ਮਹੀਨੇ ਪਹਿਲਾਂ ਗੁਰਮਤਾ ਕੀਤਾ, ਉਹ ਇਹੀ ਸਾਂਝਾ ਨੁਕਤਾ ਸਾਰਿਆਂ ਦਾ ਆਇਆ ਕਿ ਭਾਈ
ਦੋ ਧੜਿਆਂ ਦੀ ਤਿੰਨ ਧੜਿਆਂ ਦੀ ਆਪਸੀ ਲੜਾਈ ਜਿਹੜੀ ਕਾਟੋ ਕਲੇਸ਼ ਹੈ ਆਗੂ ਬਣਨ ਦਾ ਹੀ ਹੈ। ਇੱਕ ਧੜਾ ਕਹਿੰਦਾ ਵੀ ਸਾਡਾ ਆਗੂ ਜਿਹੜਾ ਪੁਰਾਣਾ ਹੈ ਚੰਗਾ ਹੈ ਮਾੜਾ ਹੈ ਇਹਨੂੰ ਰਹਿਣ ਦਿਓ, ਦੂਜੇ ਕਹਿੰਦੇ ਇਹਨੂੰ ਲਾ ਕੇ ਸਾਡੇ ਪੰਜ ਜਣਿਆਂ ਨੂੰ ਬਣਾ ਦਿਓ। ਆਗੂ ਬਦਲਣ ਦੀ ਲੜਾਈ ਨਹੀਂ ਹੈ ਇਹ, ਜੇ ਪੰਥ ਦੀ ਲੜਾਈ ਕਰਨੀ, ਪੰਥ ਦੀ ਬੀੜੀ ਸਵਾਰਨੀ ਆ ਤਾਂ ਸਾਰੇ ਫਿਰ ਪੰਥ ਨੂੰ ਨਾਲ ਲੈਣਾ ਪੈਣਾ, ਇੱਕ ਗੱਲ। ਦੂਜੀ ਗੱਲ, ਜੇ ਪੰਥਕ ਤੌਰ ਦੇ ਉੱਤੇ ਤੁਸੀਂ ਸਾਰੀ ਗੱਲ ਨੂੰ ਸਹੀ ਪਾਸੇ ਲੈ ਕੇ ਜਾਣਾ ਤਾਂ ਇੱਕ ਵੋਟਾਂ ਵਾਲੀ ਪਾਰਟੀ ਦਾ ਪ੍ਰਬੰਧ ਠੀਕ ਕਰਕੇ ਨਹੀਂ ਹੋਣਾ। ਫਿਰ ਪੰਥ ਦਾ ਜੋ ਮੁਕੰਮਲ ਪ੍ਰਬੰਧ ਹੈ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਸਭ ਤੋਂ ਸਿਰਮੌਰ ਹੈ, ਅਕਾਲ ਤਖਤ ਸਾਹਿਬ ਦਾ ਪ੍ਰਬੰਧ ਉਸ ਰੂਪ ਦਾ ਲੈ ਕੇ ਆਉਣਾ ਪੈਣਾ ਜਿੱਦਾਂ ਦਾ 1849 ਤੋਂ ਪਹਿਲਾਂ ਸਾਡੀ ਆਜ਼ਾਦੀ ਵੇਲੇ ਸੀਗਾ, ਜਦੋਂ ਅਸੀਂ ਆਜ਼ਾਦ ਸੀਗੇ, ਜਦੋਂ ਖਾਲਸਾ ਜੀ ਦਾ ਬੋਲਬਾਲਾ, ਖਾਲਸਾ ਜੀ ਦਾ ਰਾਜ ਸੀਗਾ। ਉਸ ਵਕਤ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਉਹਨਾਂ ਜਥਿਆਂ ਕੋਲ ਹੁੰਦਾ ਸੀਗਾ ਜਿਹੜੇ ਜਥੇ ਅਕਾਲੀ ਰੂਪ 'ਚ ਵਿਚਰਦੇ ਸੀਗੇ, ਜਿਹੜੇ ਕੋਈ ਵੀ ਅਹੁਦਾ ਨਹੀਂ ਲੈਂਦੇ ਸੀਗੇ, ਜਿਹੜੇ ਸਿਰ ਦੇਣ ਨੂੰ ਸਭ ਤੋਂ ਮੋਹਰੇ ਹੁੰਦੇ ਸੀਗੇ, ਜਿਹੜੇ ਰਹਿਤ 'ਚ ਪਰਪੱਕ ਸੀਗੇ। ਜੇ ਪੰਥ ਦਾ ਸਾਰਾ ਪ੍ਰਬੰਧ ਠੀਕ ਕਰਨਾ ਫਿਰ ਗੁਰਦੁਆਰਿਆਂ ਦਾ ਪ੍ਰਬੰਧ ਵੀ ਠੀਕ ਕਰਨਾ ਪੈਣਾ, ਗੁਰਦੁਆਰਿਆਂ ਦਾ ਪ੍ਰਬੰਧ ਵੀ ਰਾਜਨੀਤਿਕ ਲੋਕਾਂ ਤੋਂ ਛਡਾਉਣਾ ਪੈਣਾ। ਜਿੰਨਾ ਇਹ ਸਾਰਾ ਇਤਿਹਾਸ ਪਿਛਲੇ ਸਮੇਂ ਦਾ ਦੇਖ ਲਓ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ, ਜਿਹੜਾ ਮਰਜ਼ੀ ਧੜਾ ਰਿਹਾ ਹੋਵੇ ਸਾਰਿਆਂ ਨੇ, ਰਾਜਨੀਤਿਕ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਆਪਣੇ MLA MP ਦੀਆਂ ਕੁਰਸੀਆਂ ਤੱਕ ਪਹੁੰਚਣ ਲਈ ਵਰਤਿਆ। ਉਹਨਾਂ ਤੋਂ ਫਿਰ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਛਡਾਉਣਾ ਪੈਣਾ। ਔਰ ਤੀਸਰੀ ਗੱਲ, ਜਿਹੜੀ ਵੋਟਾਂ ਵਾਲੀ ਪਾਰਟੀ ਉਹਦੇ ਸੰਬੰਧੀ ਵੀ ਫੈਸਲਾ ਕਰਨਾ ਪੈਣਾ। 96 ਤੋਂ ਬਾਅਦ ਤਾਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ, ਪੰਥ ਦੀ ਪਾਰਟੀ ਨਹੀਂ ਹੈ। ਉਹਨੇ ਆਪ ਹੀ ਮੋਗੇ ਮਤਾ ਪਾ ਕੇ ਆਪਣੇ ਆਪ ਨੂੰ ਪੰਜਾਬੀਆਂ ਦੀ ਪਾਰਟੀ ਕਿਹਾ ਹੋਇਆ। ਪੰਜਾਬੀਆਂ ਦੀ ਕਿਸੇ ਵੀ ਪਾਰਟੀ ਨੂੰ ਵੀ ਤਖਤਾਂ ਅਤੇ ਗੁਰੂ ਘਰਾਂ ਦਾ ਪ੍ਰਬੰਧ ਸਾਂਭਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਅੱਜ ਉਹ ਨਾਂ ਕਰਕੇ ਹੀ ਸਾਂਭੀ ਫਿਰਦੇ ਨੇ। ਜੇ ਨਾਂ ਅਕਾਲੀ ਦਲ ਨਾ ਹੋਏ ਤਾਂ ਉਹਨਾਂ ਦਾ ਅਤੇ ਇੱਥੇ ਬਾਕੀ ਕਾਂਗਰਸ ਆਪ BJP ਦੇ 'ਚ ਕਿਆ ਫਰਕ ਹੈ? ਕੋਈ ਫਰਕ ਵੀ ਨਹੀਂ ਹੈ। ਉਹੀ ਸਾਰੇ ਲੀਡਰ ਰਾਤ ਨੂੰ BJP 'ਚ ਹੁੰਦੇ ਨੇ, ਦੂਏ ਦਿਨ ਅਕਾਲੀ ਦਲ 'ਚ ਹੋ ਜਾਂਦੇ ਨੇ, ਤੀਜੇ ਦਿਨ ਫਿਰ ਅਕਾਲੀ ਦਲ 'ਚ ਹੋ ਜਾਂਦੇ ਨੇ, ਚੌਥੇ ਦਿਨ ਕਾਂਗਰਸ 'ਚ ਹੋ ਜਾਂਦੇ ਨੇ, ਪੰਜਵੇਂ ਦਿਨ 'ਚ ਉਹ ਆਪ 'ਚ ਹੋ ਜਾਂਦੇ ਨੇ। 11 ਕੁ ਹਫ਼ਤੇ ਲਈ ਮੈਂ ਇੰਗਲੈਂਡ ਗਿਆ ਅਤੇ ਆ ਕੇ ਪਤਾ ਹੀ ਨਹੀਂ ਲੱਗਦਾ ਹੈ ਵੀ ਕਿਹੜਾ ਲੀਡਰ ਕਿਹੜੀ ਪਾਰਟੀ 'ਚੋਂ ਕਿਹੜੀ ਪਾਰਟੀ ਤੱਕ ਚਲੇ ਗਿਆ। ਇੰਨਾ ਕੁਛ ਇੱਕੋ ਜਿਹਾ। ਸੋ ਜੇ ਅੱਜ ਨਾ ਅਕਾਲੀ ਦਲ ਹਟਾ ਦਿਓ ਤਾਂ ਅਮਲ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿੱਦਾਂ ਅਸੀਂ ਕਾਂਗਰਸ, BJP ਜਾਂ ਆਪ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਦੇਣ ਦੀ ਕਦੇ ਵੀ ਇਜਾਜ਼ਤ ਨਹੀਂ ਦੇ ਸਕਦੇ, ਉਸੇ ਤਰ੍ਹਾਂ ਦੀ ਇਹ ਪੰਜਾਬੀ ਪਾਰਟੀ ਆ, ਉਹਨੂੰ ਵੀ ਨਹੀਂ ਦੇ ਸਕਦੇ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਤਖਤਾਂ ਦੇ ਜਥੇਦਾਰ ਵਾਕਿਆ ਹੀ ਪੰਥ ਪ੍ਰਤੀ ਸੁਹਿਰਦ ਨੇ ਤਾਂ ਉਹ ਇੱਕ ਧੜੇ ਦੀ ਲੜਾਈ ਨੂੰ ਮਿਟੇਣ ਦੀ ਬਜਾਏ ਪੂਰੇ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਨੂੰ ਇਕੱਤਰ ਕਰਕੇ ਇੱਕ ਜਥੇਬੰਦੀ ਨੂੰ ਪੁਨਰ ਸੁਰਜੀਤ ਕਰਨ ਦੀ ਬਜਾਏ ਪੰਥ ਦਾ ਜੋ ਮੁਕੰਮਲ ਪ੍ਰਬੰਧ ਹੈ, ਜਿਹ 'ਚ ਤਖਤਾਂ ਦਾ ਪ੍ਰਬੰਧ ਵੱਖਰਾ, ਗੁਰਦੁਆਰਿਆਂ ਦਾ ਪ੍ਰਬੰਧ ਵੱਖਰਾ, ਜਿਹੜੀ ਸਾਡੀ ਅਕਾਲ ਤਖਤ ਨੂੰ ਸਮਰਪਿਤ ਪੋਲੀਟਿਕਸ ਹੈ, ਜਿਹੜੀ ਸਾਡੀ ਨਿਆਰੀ ਅਤੇ ਆਜ਼ਾਦ ਪਛਾਣ ਨੂੰ ਸਥਾਪਿਤ ਕਰਨੀ ਸਾਡੀ ਆਜ਼ਾਦੀ ਦੀ ਰਾਜਨੀਤੀ ਹੈ, ਉਹਦੇ ਲਈ ਵੱਖਰਾ, ਅਤੇ ਜਿਹੜੀ ਦਿੱਲੀ ਤਖਤ ਦੇ ਅਧੀਨ ਵੋਟਾਂ ਦੀ ਰਾਜਨੀਤੀ ਚੱਲਦੀ ਹੈ ਉਹਦੇ ਲਈ ਵੱਖਰੀ ਪਾਰਟੀ ਬਣਨ ਦੀ ਲੋੜ ਹੈ। ਸੋ ਮਹਾਰਾਜ ਕਿਰਪਾ ਕਰਨ, ਆਪਾਂ ਡਟ ਕੇ ਇਸ ਜੋ ਪੰਥ ਦੀ ਇੱਕ ਰਵਾਇਤ ਹੈ, ਪੰਥ ਦਾ ਪ੍ਰਬੰਧ ਹੈ, ਉਹਨੂੰ ਸੁਰਜੀਤ ਕਰਨ ਦੇ ਲਈ ਚੁਕੰਨੇ ਜਾਗਦੇ ਰਹਿਣਾ। ਇਹ ਇੱਕ ਐਸਾ ਸਮਾਂ ਹੈ ਜਦੋਂ ਸਾਰਾ ਕੁਛ ਟੁੱਟ ਖਿੰਡ ਰਿਹਾ। ਪਿੱਛੇ ਦਿੱਲੀ ਤਖਤ ਦੇ ਸਾਰੇ ਵੱਡੇ ਵੱਡੇ ਦਿਮਾਗ ਲੱਗੇ ਹੋਏ ਵੀ ਸਾਰੇ ਕਾਸੇ ਸਿੱਖਾਂ ਨੂੰ ਕਿੱਦਾਂ ਅਸੀਂ ਹੋਰ ਉਲਝਣ 'ਚ, ਹੋਰ ਪੰਬਲ ਭੂਸੇ 'ਚ, ਹੋਰ ਪਾਟੋ ਧਾੜ 'ਚ ਪਾਉਣਾ,
ਪਰ ਮਹਾਰਾਜ ਜੀ ਐਸੀ ਕਲਾ ਵਰਤ ਰਹੀ ਆ ਵੀ ਉਹਨਾਂ ਦੇ ਸਾਰਾ ਜ਼ੋਰ ਲਾਇਆ ਵੀ ਕੋਈ ਗੱਲ ਉਹਨਾਂ ਤੋਂ ਬਣ ਨਹੀਂ ਰਹੀ ਹੈ। ਕਿੰਨੇ ਸਾਲਾਂ ਤੋਂ ਉਹ ਲੱਗੇ ਹੋਏ ਆ ਕਿ ਅਸੀਂ ਆਪਣੀ ਮਰਜ਼ੀ ਦੇ ਕੋਈ ਬੌਣੇ ਜਾਂ ਲੀਡਰ ਸਾਡੇ ਸਿਰ ਦੇ ਉੱਤੇ ਥੋਪ ਦੇਈਏ, ਉਹ ਕਿਸੇ ਨੂੰ ਨਵੇਂ ਨੂੰ ਪੁਰਾਣਾ, ਪੁਰਾਣੇ ਨੂੰ ਨਵਾਂ ਕਰਦੇ, ਬੜਾ ਕੁਛ ਕਰਦੇ, ਪਰ ਗੱਲ ਕੋਈ ਬਣੀ ਨਹੀਂ ਹੈ। ਉਹ ਇਸ ਕਰਕੇ ਨਹੀਂ ਬਣਨੀ ਹੈ ਕਿ ਮਹਾਰਾਜ ਹੁਣੇ ਚਾਹ ਹੀ ਇਸ ਤਰ੍ਹਾਂ ਰਿਹਾ, ਇਹ ਖਿੰਡਣਾ ਹੀ ਜਾਣਾ, ਹੋਰ ਖਿੰਡਦੇ ਜਾਣਾ। 2 ਤਰੀਕ ਨੂੰ ਵੀ ਜੋ ਫੈਸਲੇ ਹੋਣੇ ਉਹ ਟਿਕਾਊ ਨਹੀਂ ਹੋਣੇ ਹਨ, ਪਰ ਟਿਕਾਊ ਫੈਸਲੇ ਲੈਣ ਦੇ ਲਈ ਸਾਨੂੰ ਜ਼ਰੂਰ ਆਪਣੇ ਆਪ ਨੂੰ ਸੁਚੇਤ ਰੱਖਣਾ ਪੈਣਾ, ਕਵਾਇਦ 'ਚ ਪੈਣਾ ਪੈਣਾ, ਦਿਮਾਗੀ ਕਵਾਇਦ ਦੇ ਵਿੱਚ ਵੀ ਅਤੇ ਸਰੀਰਕ ਕਵਾਇਦ ਦੇ ਵਿੱਚ ਵੀ। ਤਾਂ ਇਹ ਸਾਹਿਬਜ਼ਾਦਿਆਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੇ ਉਹ ਮਨਾਏ ਸਾਡੇ ਸਫਲ ਹੋਣੇ ਨੇ। ਸੋ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਨੀ। ਬਹੁਤੀ ਵਾਰੀ ਸਾਡੇ ਪਰਿਵਾਰਾਂ 'ਚ ਵੀ ਲੱਗਣ ਲੱਗ ਜਾਂਦਾ ਬਹੁਤੇ ਬੰਦਿਆਂ ਨੂੰ ਵੀ ਇੰਨੇ ਵਰਸ ਹੋਏ ਕੋਈ ਫਰਕ ਤਾਂ ਪੈਂਦਾ ਨਹੀਂ ਹੈ। ਅਤੇ ਮੈਂ ਕਿਹਾ ਇੱਕ ਕੱਲ੍ਹ ਹੀ ਮੈਨੂੰ ਕੋਈ ਕਹਿਣ ਲੱਗਿਆ ਸਾਡੇ 'ਚੋਂ ਹੀ ਵੀ ਕੋਈ ਫਰਕ ਤਾਂ ਪਿਆ ਨਹੀਂ ਹੈ ਕਦੇ। ਮੈਂ ਕਿਹਾ ਠੀਕ ਹੈ, ਨਹੀਂ ਪਿਆ ਹੋਣਾ, ਸਾਡਾ ਫਰਜ਼ ਯਤਨ ਕਰਨਾ, ਸਫਲਤਾ ਬਖਸ਼ਿਸ਼ ਕਰਨੀ ਪਾਤਸ਼ਾਹ ਦਾ ਕੰਮ ਹੈ, ਅਸੀਂ ਫਰਜ਼ ਪੂਰਾ ਕਰਨ ਦੇ ਲਈ ਯਤਨ ਕਰਦੇ ਹਾਂ, ਸਾਡਾ ਇੰਨਾ ਹੀ ਕੰਮ ਹੈ, ਫਰਕ ਨਹੀਂ ਪੈਣਾ, ਇਹ ਪਾਤਸ਼ਾਹ ਦੀ ਮਰਜ਼ੀ ਹੈ। ਕਿਉਂਕਿ ਪੰਥ ਦਸ਼ਮੇਸ਼ ਦਾ ਰਾਖਾ ਗੁਰੂ ਆਪ, ਉਹਨੇ ਆਪ ਹੀ ਰੱਖਿਆ ਕਰ ਲੈਣੀ ਹੈ, ਅਸੀਂ ਆਪਣਾ ਯਤਨ ਫਰਜ਼ ਸਮਝ ਕੇ ਕਰਦੇ ਜਾਈਏ। ਮਹਾਰਾਜ ਨੇ ਆਪੇ ਆਪਣੇ ਕਿਸੇ ਦਿਨ ਸਾਰੀਆਂ ਸਫਲਤਾਵਾਂ ਬਖਸ਼ਿਸ਼ ਕਰ ਦੇਣੀਆਂ ਨੇ। ਤੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।